बोले सोने हाल सास भी अकाल। गुर की बात दे देश विदेश के दर्शकों का तुहाडे अपने सेवक हरप्रीत सिंह मखू वालों तय दिल तो स्वागत किया जाता है। दर्शकों जिवें तुहानू पता है इस प्रोग्राम के दौरान असी गुरु पातशाह के जीवन इतिहास पर उपकार और उन्होंने सिक्ख्यावान का जिक्र करते हैं और कोशिश करते हैं कि हर बार साढ़े नाल ऐसी शख्सियत बैठे जिहड़ी शख्सियत की कौम में कुछ देन हो ते इस पासे खोज भी हो। जान के बड़े खुश होवोगे अज जिन्होंने अपने स्टूडियो के असी सद्दा दिता है प्रोफेसर महेंद्रपाल सिंह डबल एम एम फिल बी एड ज्ञानी और बड़े तुसी हैरान होवोगे कि पंजाबी यूनीवर्सिटी में साढ़े सत्त साल लैक्चरार वजो सेवा भी निभाई है। आओ सब तो पहला तिना तो अपने स्टूडियो में आने लिए असी तय दिल तो स्वागत करते हैं। भाई साहब जी वाहेगुरू जी का खालसा वाहेगुरू जी की फतेह। वाहेगुरू जी का खालसा वाहेगुरू जी की फतेह। जी बड़ी खुशी हुई कि तुसी साडे स्टूडियो में आए हो ते साडे दर्शक भी बड़े प्रसन्न है कि गुरु नानक पातशाह महाराज जी के विषय के उपर अज असी खुलियां विचारां करनियां ने। मैं सब तो पहले प्रोफेसर साहब तुहाडे कोलों जानना चाहूँगा कि गुरु नानक साहब जी के जो आप प्रकाश की गल करिए तो प्रकाश तो पहला के जोड़े हालात ने वो कैसे सन, उन्होंने तुम राजनीतिक या धार्मिक दोवों पक्षों का जिक्र करो। हाँ तुम बहुत वधिया सवाल किया है सर हरप्रीत सिंह जी कि किसी भी पैगंबर के आगमन तो पहला जे सानू इस गल की जानकारी ना हो कि उस तो पहला की वापर रहा सी ਉਹਦੀ ਅਥੈਂਟਿਸਿਟੀ ਜਿਹੜੀ ਹੈ ਉਹ ਲੋਕਾਂ ਨੂੰ ਸਮਝ ਨਹੀਂ ਆ ਸਕਦੀ ਜੀ ਕਿ ਕੋਈ ਪੈਗੰਬਰ ਜੇ ਆਏ ਨੇ ਜਾਂ ਉਹਨਾਂ ਨੇ ਕੁਛ ਸਾਨੂੰ ਦਿੱਤਾ ਹੈ ਜੀ ਉਹਦੀ ਲੋੜ ਸੀ ਜੀ 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 ਜੇ ਇਸ ਲੋੜ ਦੀ ਭਾਵਨਾ ਦੇ ਉੱਤੇ ਅਸੀਂ ਵਿਚਾਰ ਕਰਨਾ ਹੋਵੇ ਤਾਂ ਸਾਨੂੰ ਉਹ ਲੋੜ ਮਹਿਸੂਸ ਹੀ ਉਦੋਂ ਹੋਊਗੀ ਜਦੋਂ ਕੁਝ ਐਸਾ ਹੋ ਰਿਹਾ ਹੈ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਜੀ 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 ਹਾਲਾਤਾਂ ਬਾਰੇ ਜਾਣਕਾਰੀ ਹਾਂਜੀ ਸੋ ਗੁਰੂ ਨਾਨਕ ਸਾਹਿਬ ਬਾਰੇ ਵੀ ਇਹੀ ਪੈਰਾਮੀਟਰ ਜੇ ਦੁਨੀਆ ਦੇ ਸੰਦਰਭ ਦੇ ਵਿੱਚ ਦੇਖਾਂਗੇ ਜੀ ਤਾਂ ਲਾਗੂ ਹੋਏਗਾ ਕਿ ਕੀ ਗੁਰੂ ਨਾਨਕ ਸਾਹਿਬ ਨੇ ਜੋ ਸਾਨੂੰ ਕਿਹਾ ਦੱਸਿਆ ਸਮਝਾਇਆ ਅਤੇ ਜੀਵਿਆ ਕੀ ਉਸ ਤੋਂ ਪਹਿਲਾਂ ਉਦੋਂ ਦਾ ਨਹੀਂ ਸੀ ਹੋ ਰਿਹਾ ਜਾਂ ਉਹਦੇ ਵਿੱਚ ਕੋਈ ਅਲਟਰੇਸ਼ਨ ਕੀਤੀ ਗੁਰੂ ਨਾਨਕ ਸਾਹਿਬ ਨੇ ਕੋਈ ਸੋਧ ਕੀਤੀ ਜਾਂ ਕੁਛ ਸਾਰਾ ਕੁਝ ਹੀ ਨਵਾਂ ਦੇ ਦਿੱਤਾ ਜਾਂ ਕੁਝ ਮਤਲਬ ਕਿ ਪੁਰਾਣਿਆਂ ਨੂੰ ਨਵੇਂ ਅਰਥ ਦਿੱਤੇ ਇਹ ਸਾਰੇ ਵਿਸ਼ੇ ਅਸਲ ਵਿੱਚ ਤੁਸੀਂ ਜਿਵੇਂ ਪੁੱਛਿਆ ਮੇਰੇ ਮਨ ਦੇ ਵਿੱਚ ਆਪਣੇ ਆਪ 'ਚ ਇੱਕ ਸਵਾਲ ਪੈਦਾ ਹੋਇਆ ਜਦੋਂ ਆਪ ਜੀ ਨਾਲ ਮੈਂ ਸਾਂਝਾ ਕਰਨਾ ਚਾਹੁੰਦਾ ਹਾਂ ਜੀ ਕਿ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਲਫ਼ਜ਼ ਬੋਲਦੇ ਹਾਂ ਜੀ ਤਾਂ ਕੁੱਲ ਕਾਇਨਾਤ ਦੀ ਦ੍ਰਿਸ਼ਟੀ ਸਾਡੇ ਵਰਗੇ ਸਧਾਰਨ ਲੋਕਾਂ ਦੇ ਮਨ ਵਿੱਚ ਵੀ ਆ ਜਾਂਦੀ ਜੀ ਕਿ ਗੁਰੂ ਨਾਨਕ ਕਿਸੇ ਸ਼ਬਦਾਂ ਵਿੱਚ ਸੀਮਿਤ ਨਹੀਂ ਰੱਖੇ ਜਾ ਸਕਦੇ ਓਕੇ ਪਹਿਲੀ ਗੱਲ ਤਾਂ ਇਹੀ ਹੈ ਕਿ ਦੁਨੀਆ ਦਾ ਪਹਿਲੇ ਇੱਕ ਪੈਗੰਬਰ ਨੇ ਜਿਹੜੇ ਲਗਾਤਾਰ 250 ਸਾਲ ਜੀਵੇ ਨੇ ਧਰਮਾਂ ਦਾ ਇਤਿਹਾਸ ਸਾਡੇ ਸਾਹਮਣੇ ਹੈ ਤੁਲਨਾਤਮਕ ਅਧਿਐਨ ਆਮ ਯੂਨੀਵਰਸਿਟੀਆਂ ਕਰਦੀਆਂ ਨੇ ਬਟ ਜਦੋਂ ਕਿਤੇ ਗੁਰੂ ਨਾਨਕ ਸਾਹਿਬ ਦੇ ਜ਼ਿੰਦਗੀ ਦੇ ਉੱਪਰ ਕੋਈ ਆਪਾਂ ਛੋਹਨੇ ਹਾਂ ਕਿਸੇ ਵਿਸ਼ੇ ਨੂੰ ਤਾਂ ਘੱਟੋ ਘੱਟ ਸਾਨੂੰ 10 ਜਾਮਿਆਂ ਦਾ ਪ੍ਰਕਰਮਾ ਕਰਕੇ ਪਤਾ ਲੱਗਦਾ ਗੁਰੂ ਨਾਨਕ ਸਾਹਿਬ ਕੀ ਚੀਜ਼ ਕੀ ਬਾਤ ਹੈ ਘੱਟੋ ਘੱਟ ਹੈ ਇਹ ਘੱਟੋ ਘੱਟ ਹੈ ਉਸ ਤੋਂ ਬਾਅਦ ਅਗਲਾ 250 ਸਾਲ ਹੈ ਉਹ ਉਸ ਪ੍ਰਯੋਗਸ਼ਾਲਾ ਦਾ ਇੱਕ ਵੱਡਾ ਚਿੱਤਰ ਹੈ ਮਾਨ ਚਿੱਤਰ ਹੈ ਉਹ ਪ੍ਰਯੋਗਸ਼ਾਲਾ ਸਾਨੂੰ ਦੱਸ ਸਕਦੀ ਹੈ ਕਿ ਜੋ ਗੁਰੂ ਸਾਹਿਬ ਸਾਨੂੰ ਸਿਖਾ ਕੇ ਗਏ ਸੀ ਕੀ ਉਹਦਾ ਪ੍ਰੈਕਟੀਕਲ ਹੋਇਆ ਕੀ ਬਾਤ ਹੈ ਉਹਦੇ ਅਨੁਯਾਈਆਂ ਨੇ ਉਹਨਾਂ ਨੂੰ ਸਮਝਿਆ ਜੇ ਸਮਝਿਆ ਤਾਂ ਉਸ ਭਾਸ਼ਾ ਵਿੱਚ ਸਮਝਿਆ ਜਾਂ ਉਸ ਸੰਦਰਭ 'ਚ ਸਮਝਿਆ ਜਿਸ ਸੰਦਰਭ 'ਚ ਗੁਰੂ ਨਾਨਕ ਸਾਹਿਬ ਜੀ ਆਉਣਾ ਚਾਹੁੰਦੇ ਸੀ ਜੀ ਜੀ ਸੋ ਇਹ ਸਾਰੇ ਵਿਸ਼ੇ ਬਾਅਦ 'ਚ ਹੋ ਜਾ ਸਕਦੇ ਨੇ ਜੇ ਜਿਹੜਾ ਤੁਹਾਡਾ ਸਵਾਲ ਹੈ ਉਹ ਪਹਿਲਾ ਹੈ ਜੀ ਕਿ ਕੀ ਉਸ ਤੋਂ ਪਹਿਲਾਂ ਦੇ ਹਾਲਾਤ ਕੀ ਸੀ ਹਾਲਾਤ ਇਹ ਦੱਖਣ ਏਸ਼ੀਆ ਦਾ ਖਿੱਤਾ ਹੈ ਓਕੇ ਦੱਖਣ ਏਸ਼ੀਆ ਦਾ ਖਿੱਤਾ ਜੇ ਆਪਾਂ ਇਤਿਹਾਸ 'ਤੇ ਨਿਗਾਹ ਮਾਰੀਏ ਇਹਦਾ ਇਤਿਹਾਸਿਕ ਪੱਖ ਇਹ ਹੈ ਕਿ ਇੱਥੇ ਕਦੇ ਵੀ ਬਹੁਤ ਵੱਡੀ ਸਲਤਨਤ ਲੰਮੇ ਸਮੇਂ ਲਈ ਐਗਜ਼ਿਸਟ ਨਹੀਂ ਕਰ ਸਕੀ ਓਕੇ ਬਹੁਤ ਛੋਟੀਆਂ ਜਾਂ ਉਸ ਤੋਂ ਵੀ ਛੋਟੀਆਂ ਸਲਤਨਤਾਂ ਥੋੜ੍ਹੇ ਜਿਹਾ ਲੰਮੇ ਸਮੇਂ ਲਈ ਹੋਈਆਂ ਨੇ ਪਰ ਛੇਤੀ ਹੀ ਕਿਸੇ ਹੋਰ ਸਲਤਨਤ ਨੇ ਬਾਹਰੋਂ ਆ ਕੇ ਉਹਨਾਂ 'ਤੇ ਹਮਲਾ ਕਰਕੇ ਉਹਨੂੰ ਆਪਣੇ ਰੂਪ 'ਚ ਬਦਲ ਲਿਆ ਓਕੇ ਮੇਰਾ ਮਤਲਬ ਇਹ ਸਾਰਾ ਦੱਸਣ ਦਾ ਸਿਰਫ ਇਹ ਹੈ ਕਿ ਜਿਹੜਾ ਕੋਈ ਕਿਸੇ ਖਿੱਤੇ 'ਚੋਂ ਕਲਚਰ ਉਪਜਦਾ ਹੈ ਉਹ ਧਾਰਮਿਕ ਕਲਚਰ ਵੀ ਹੋ ਸਕਦਾ ਹੈ ਉਹ ਸਮਾਜਿਕ ਕਲਚਰ ਵੀ ਹੋ ਸਕਦਾ ਹੈ ਉਹਦੇ 'ਚ ਆਰਥਿਕਤਾ ਵੀ ਦਿਸਦੀ ਹੈ ਉਹਦੇ 'ਚ ਰਾਜਨੀਤੀ ਵੀ ਦਿਖਦੀ ਹੈ ਉਹਦੇ ਕਾਰਨਾਂ ਵਿੱਚ ਵੱਡਾ ਕਾਰਨ ਇਹ ਹੁੰਦਾ ਕਿ ਉੱਥੇ ਹਕੂਮਤ ਕਿਹਦੀ ਸੀ ਓਕੇ ਜਦੋਂ ਤੁਸੀਂ ਇੱਕ ਹੀ ਖਾਸ ਤਰ੍ਹਾਂ ਦੀ ਹਕੂਮਤ ਨੂੰ ਨਹੀਂ ਲੈ ਸਕੇ ਇਸ ਖਿੱਤੇ ਦੇ ਵਿੱਚ ਤਾਂ ਇਹ ਇੱਕ ਮਿਸ਼ਰਣ ਰੂਪ 'ਚ ਦਿਸਦਾ ਠੀਕ ਹੈ
ਜਦੋਂ ਮਿਸ਼ਰਣ ਰੂਪ ਵਿੱਚ ਤੁਹਾਨੂੰ ਕੋਈ ਚੀਜ਼ ਦਿਸਦੀ ਆ ਤਾਂ ਤੁਹਾਨੂੰ ਸਿਲੈਕਟ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਵੀ ਕੀ ਇਸ ਮਿੱਟੀ ਦੀ ਅਸਲੀ ਸੋਚ ਕੀ ਹੈ। ਓਕੇ, ਜਦੋਂ ਸੋਚ ਦੇ ਵਿੱਚ ਭੁਲੇਖਾ ਪਏਗਾ ਤਾਂ ਤੁਹਾਨੂੰ ਵਿਸ਼ਲੇਸ਼ਣ ਕਰਨ ਦੇ ਵਿੱਚ ਵੀ ਬਹੁਤ ਮਿਹਨਤ ਕਰਨੀ ਪਈ। ਮੈਨੂੰ ਲੱਗਦਾ ਹੈ ਜਿਹੜਾ ਰਾਵੀ ਨਦੀ ਦੇ ਕਿਨਾਰੇ ਦੇ ਉੱਤੇ 3 ਦਿਨ ਦਾ ਮਹਾਰਾਜ ਦਾ ਗਾਇਬ ਹੋ ਜਾਣਾ, ਜਿਵੇਂ ਇਹਦੇ ਹੋਰ ਇਤਿਹਾਸਕ ਪਹਿਲੂਆਂ ਵੱਲ ਨਾ ਜਾਵਾਂ ਜਾਂ ਇਹਦੇ ਵਿੱਚ ਮਿਸਟਿਕ ਸਿਸਟਮਸ ਨੂੰ ਨਾ ਦੇਖਾਂ ਮੈਂ, ਤਾਂ ਮੈਨੂੰ ਇਹ ਲੱਗਦਾ ਕਿ ਗੁਰੂ ਨਾਨਕ ਸਾਹਿਬ ਅਧਿਐਨ ਕਰ ਰਹੇ ਸੀ ਕਿ ਦੁਨੀਆ ਯਾਰ ਅੱਜ ਕਿਸ ਰੂਪ 'ਚ ਜੀ ਰਹੀ ਹੈ, ਅਤੇ ਜੇ ਇਹਨਾਂ ਨੂੰ ਮੈਂ ਸੌਖੇ ਰੂਪ 'ਚ ਜਿਉਣ ਲਈ ਕੁਝ ਦੱਸਣਾ ਚਾਹੁੰਦਾ ਤਾਂ ਮੈਨੂੰ ਪਤਾ ਹੋਣਾ ਚਾਹੀਦਾ ਕਿ ਇੱਥੇ ਵਾਪਰ ਕੀ ਰਿਹਾ। ਜੀ 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 ਉਹ ਕਹਿੰਦੇ ਵੀ ਜਲਤੀ ਸਭ ਪ੍ਰਿਥਵੀ ਦਿਸੇ ਆਈ, ਉਹ ਦਿਸੀ ਤਾਂ ਹੀ ਆ ਜੇ ਉਹਨੂੰ ਖੋਜਿਆ। ਜੀ 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 ਵੈਸੇ ਇਹ ਜਿਹੜਾ ਐਪੀਸੋਡ ਹੈ ਜਾਂ ਇਹ ਘਟਨਾ ਹੈ, ਇਹ ਗੁਰੂ ਨਾਨਕ ਸਾਹਿਬ ਦੇ ਨਾਲ ਜੋ ਸਾਨੂੰ ਸਾਡੇ ਤੱਕ ਪਹੁੰਚੀ ਹੈ ਸਾਖੀ ਰੂਪ ਦੇ ਵਿੱਚ, ਇਹ ਈਸਾਈ ਮਤ ਦੇ ਵਿੱਚ ਵੀ ਆਈ ਹੈ। ਓਕੇ, ਇਹ ਯਹੂਦੀ ਮਤ ਵਿੱਚ ਵੀ ਆਈ ਹੈ। ਇਹ ਲਗਭਗ ਹਰ ਇੱਕ ਉਸ ਵਕਤ ਦੇ ਉਸ ਸਥਾਨ ਦੇ ਪੈਗੰਬਰ ਨੇ ਗੰਭੀਰਤਾ ਨਾਲ ਸੋਚਿਆ। ਜੂਡਾਸ ਦਰਿਆ ਦੀ ਗੱਲ ਚੱਲਦੀ ਹੈ ਜਿਹੜਾ ਜੋਰਡਨ ਅਤੇ ਫਲਸਤੀਨ ਦੇ ਵਿਚਕਾਰ ਵਹਿੰਦਾ, ਉੱਥੇ ਹੀ ਮੌਜ਼ਿਜ਼ ਨੂੰ ਮੂਸੇ ਨੂੰ ਗਿਆਨ ਹੋਇਆ, ਉੱਥੇ ਹੀ ਈਸਾਈ ਮਤ ਦਾ ਪਨਪਣਾ ਸ਼ੁਰੂ ਹੋਇਆ। ਸੋ ਇਹ ਸਾਰੀਆਂ ਗੱਲਾਂ ਨੂੰ ਜੇ ਆਪਾਂ ਇਸ ਖਿੱਤੇ 'ਚ ਲੈ ਕੇ ਆਈਏ ਜਿਸ ਖਿੱਤੇ 'ਚ ਅਸੀਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ, ਤਾਂ ਇਸ ਖਿੱਤੇ ਵਿੱਚ ਜਿਹਨੂੰ ਅੱਜ ਅਸੀਂ, ਮਾਫ ਕਰਨਾ, ਅੱਜ ਹਿੰਦੂ ਧਰਮ ਕਹਿੰਦੇ ਹਾਂ, ਇਹਦੇ ਕੁਝ ਇਤਿਹਾਸਕ ਅੰਸ਼ ਦਿਸਦੇ ਨੇ ਇਸ ਟਾਈਪ ਦੇ। ਓਕੇ, ਉਹਨੂੰ ਅਸੀਂ ਹਿੰਦੂ ਧਰਮ ਨਹੀਂ ਕਹਿ ਸਕਦੇ ਕਿਉਂਕਿ ਹਿੰਦੂ ਧਰਮ ਦੀ ਡੈਫੀਨੇਸ਼ਨ ਤਾਂ ਅੱਜ ਤੱਕ ਭਾਰਤ ਦਾ ਸੰਵਿਧਾਨ ਵੀ ਨਹੀਂ ਕਰ ਸਕਿਆ। ਓਕੇ, ਵੀ ਹਿੰਦੂ ਕੌਣ ਹੈ ਇਹ ਨਹੀਂ ਕਰ ਸਕਿਆ, ਉਹ ਮੁਸਲਮਾਨ ਅਤੇ ਈਸਾਈ ਦੀ ਡੈਫੀਨੇਸ਼ਨ ਕਰਕੇ ਕਹਿੰਦਾ ਬਾਕੀ ਸਾਰੇ ਹਿੰਦੂ ਨੇ, ਉਹ ਇਹ ਨਹੀਂ ਦੱਸਦਾ ਭਾਰਤੀ ਸੰਵਿਧਾਨ ਕਿ ਹਿੰਦੂ ਕੌਣ ਹੈ। ਜੀ 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 ਸੋ ਹਿੰਦੂ ਲਫ਼ਜ਼ ਜੇ ਦੇ ਉੱਤੇ ਜਾਈਏ ਤਾਂ ਇਹ ਫੋਨੈਟਿਕ ਸਿਸਟਮ ਦੇ ਨਾਲ ਸੰਬੰਧ ਰੱਖਦਾ ਹੈ। ਓਕੇ, ਭਾਵ ਤੁਹਾਡੇ ਬੋਲਣ ਦੀਆਂ ਜਿਹੜੀਆਂ ਗਲੈਂਡ ਸਮਰੱਥਾਵਾਂ ਨੇ ਉਹਦੇ ਵਿੱਚੋਂ ਇਹ ਨਿਕਲਿਆ ਲਫ਼ਜ਼ ਹੈ ਜਿੰਨਾ ਕੁ ਮੈਂ ਇਤਿਹਾਸ 'ਚ ਪੜ੍ਹਿਆ, ਭਾਵੇਂ ਮੇਰਾ ਅੱਜ ਦਾ ਵਿਸ਼ਾ ਨਹੀਂ ਹੈ। ਸਿੰਧੂ ਤੋਂ? ਹਾਂ, ਉਹ ਕਿਉਂਕਿ ਜਿਹੜੇ ਉੱਧਰੋਂ ਲੋਕ ਆਉਂਦੇ ਸੀ ਉਹ ਸਿੰਧ ਦਰਿਆ ਜਦੋਂ ਪਾਰ ਕਰਦੇ ਸੀ ਤਾਂ ਉਹ ਕਹਿੰਦੇ ਸੀ ਅਸੀਂ ਸਿੰਧ ਇਲਾਕੇ ਤੋਂ ਪਰਲੇ ਪਾਸੇ ਜਾ ਰਹੇ ਹਾਂ, ਜਿਵੇਂ ਅਸੀਂ ਕਹਿੰਦੇ ਅਸੀਂ ਬਿਆਸ ਤੋਂ ਪਰਲੇ ਜਾ ਰਹੇ ਹਾਂ, ਰਾਵੀ ਤੋਂ ਪਰਲੇ, ਸਤਲੁਜ ਤੋਂ ਪਰਲੇ, ਉਹ ਸਿੰਧ ਦਰਿਆ ਕਿਉਂਕਿ ਇਸ ਖਿੱਤੇ ਦਾ ਬਹੁਤ ਹੀ ਵੱਡਾ ਅਤੇ ਬਹੁਤ ਖੂਬਸੂਰਤ ਦਰਿਆ ਜਿਹੜਾ ਦੁਨੀਆ ਨੂੰ ਸੁੱਖ ਦਿੰਦਾ ਰਿਹਾ। ਜੀ, ਉਹਦਾ ਖਿੱਤਾ ਅੱਜ ਦੇ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਵਿਚਾਲੇ ਪੈਂਦਾ ਹੈ, ਤਾਂ ਜਿਹੜੇ ਅਰਬ ਤੋਂ ਹਮਲਾਵਰ ਆਉਂਦੇ ਸੀ ਉਹਨਾਂ ਨੂੰ ਸਿੰਧ ਦਰਿਆ ਪਾਰ ਕਰਨਾ ਪੈਂਦਾ ਸੀ। ਜੀ, ਤਾਂ ਉਹ ਸਿੰਧੂ ਦੇ ਪਾਰ, ਸਿੰਧੂ ਲਫ਼ਜ਼ ਕਹਿ ਨਹੀਂ ਸਕਦੇ ਸੀ, ਉਹ ਹਿੰਦੂ ਕਹਿ ਦਿੰਦੇ, ਹਿੰਦੂ ਸ਼ਬਦ ਵਰਤੇ ਸੀ। ਜਿਵੇਂ ਮੈਂ ਉਦਾਹਰਣ ਦਿੰਦਾ, ਮੈਂ ਜਦੋਂ MA ਪੜ੍ਹਦਾ ਸੀ ਤਾਂ ਫਲਸਤੀਨ ਦਾ ਇੱਕ ਮੁੰਡਾ ਰਿਆਦ ਮੇਰੇ ਨਾਲ ਪੜ੍ਹਦਾ ਸੀ, ਤਾਂ ਅਸੀਂ ਉਹਨੂੰ ਹਾਸੇ ਵਿੱਚ ਕਹਿ ਦਿੰਦੇ ਵੀ ਕੱਲ੍ਹ ਕਹਿ ਵੀ ਰਿਆਦ ਟਮਾਟਰ ਲਿਆ ਕੇ ਆਈ, ਉਹ ਟਮਾਟਰ ਨਹੀਂ ਸੀ ਕਹਿ ਸਕਦਾ, ਉਹ ਟਮਾਤਰ ਕਹਿੰਦਾ ਸੀ। ਅੱਛਾ, ਤਾਂ ਮਤਲਬ ਕਿ ਉਹਦਾ ਫੋਨੈਟਿਕ ਸਿਸਟਮ ਜਿਹੜਾ ਸੀ ਉਹ ਅਲਾਓ ਨਹੀਂ ਕਰਦਾ ਸੀ ਕਿ ਉਹ ਟਮਾਟਰ ਬੋਲ ਸਕੇ, ਜਦਕਿ ਅਸੀਂ ਪੰਜਾਬੀ ਲੋਕ ਬੜੇ ਆਸਾਨ ਤਰੀਕੇ ਦੇ ਨਾਲ ਟਮਾਟਰ। ਉਸ ਤਰ੍ਹਾਂ ਜਿਹੜੇ ਅਰਬ ਤੋਂ ਅਫਗਾਨ ਤੋਂ ਉਹ ਪਰਲੇ ਪਾਸਿਓਂ ਹਮਲਾਵਰ ਆਉਂਦੇ ਸੀ ਉਹ ਸਿੰਧ ਨੂੰ ਇੰਦ ਕਹਿੰਦੇ ਕਹਿੰਦੇ ਹਿੰਦ ਕਹਿਣ ਲੱਗ ਗਏ। ਓਕੇ, ਸੋ ਜਦੋਂ ਗੁਰੂ ਨਾਨਕ ਸਾਹਿਬ ਗਏ ਨੇ ਮੱਕੇ ਦੇ ਵਿੱਚ ਤਾਂ ਉਹਨਾਂ ਨੇ ਵੀ ਕਿਹਾ ਹਿੰਦ ਵੀ ਪੀਰ ਆ ਗਿਆ, ਭਾਵ ਸਿੰਧ ਤੋਂ ਪਰਲੇ ਪਾਸੇ ਵਾਲਾ ਇੱਕ ਬੰਦਾ ਇੱਧਰ ਆਇਆ ਪੀਰ। ਸੋ ਇਹ ਤਾਂ ਜਿਹੜਾ ਹਾਲਾਤ ਜਿਹੜੇ ਤੁਸੀਂ ਦੱਸੇ ਨੇ, ਹਾਲਾਤ ਰਾਜਸੀ ਜਿਹੜੇ ਸੀ ਉਹ ਉਥਲ ਪੁਥਲ ਵਾਲੇ ਸੀ। ਅੱਛਾ ਜੀ, ਸਥਾਪਿਤ ਕੋਈ ਫਲਸਫੀ ਹੋ ਨਹੀਂ ਸਕੀ ਜੀ, ਅੱਡ ਅੱਡ ਤਰ੍ਹਾਂ ਦੀਆਂ ਫਲਸਫੀਆਂ ਨੇ ਆਪਣੇ ਆਪਣੇ ਸਮੇਂ 'ਤੇ, ਚਾਹੇ ਯੋਗ ਮਤ ਹੋਵੇ, ਚਾਹੇ ਮਤਲਬ ਕਿ ਮੂਰਤੀ ਪੂਜਾ ਦਾ ਮਤ ਹੋਵੇ ਜਾਂ ਇਸਲਾਮ ਦਾ ਪ੍ਰਭਾਵ ਉਸ ਤੋਂ ਬਹੁਤ ਬਾਅਦ ਦੇਖਿਆ ਗਿਆ, ਕਿਉਂਕਿ ਇਸਲਾਮ ਦਾ ਜਿਹੜਾ ਜਨਮ ਹੈ ਅੱਜ ਤੋਂ 1400 ਸਾਲ ਪਹਿਲਾਂ ਹੋਇਆ, ਗੁਰੂ ਨਾਨਕ ਸਾਹਿਬ ਤੋਂ ਕਰੀਬ 950 ਸਾਲ ਪਹਿਲਾਂ ਹੋਇਆ। ਸੋ ਉਹ ਹਜੇ ਉੱਥੇ ਪਨਪ ਰਿਹਾ ਸੀ, ਉਸ ਤੋਂ ਪੁਰਾਣੇ ਜਿਹੜੇ ਸੀ ਉਹ ਲੋਕਲ ਰਿਲੀਜਨ ਸੀਗੇ। ਓਕੇ, ਕਿਸੇ ਖਿੱਤੇ ਦੇ ਵਿੱਚ ਕਿਸੇ ਇੱਕ ਮੂਰਤੀ ਨੂੰ ਰੱਬ ਮੰਨਿਆ ਜਾਂਦਾ, ਕਿਸੇ ਹੋਰ ਖਿੱਤੇ ਵਿੱਚ ਉਸ ਮੂਰਤੀ ਨੂੰ ਨਹੀਂ, ਕਿਸੇ ਹੋਰ ਮੂਰਤੀ ਨੂੰ ਰੱਬ ਮੰਨਿਆ ਜਾਂਦਾ, ਮੀਨਸ ਉਹ ਲੋਕਲ ਲੈਵਲ ਦੇ ਰੱਬ ਸੀ ਵੰਡੇ ਹੋਏ। ਹਾਂ, ਤਾਂ ਹੀ ਕਦੇ ਹਿੰਦੁਸਤਾਨ ਦੀ ਫਿਲੋਸਫੀ ਦੇ ਵਿੱਚ ਇਹ ਗੱਲ ਚੱਲਦੀ ਆ ਕਿ 33 ਕਰੋੜ ਦੇ ਉੱਤੇ। ਜੀ ਜੀ ਜੀ, ਮੈਂ ਹੈਰਾਨ ਹੁੰਦਾ ਕਿ ਜਦੋਂ 33 ਕਰੋੜ ਇਸ ਖਿੱਤੇ ਦੀ ਜਨਸੰਖਿਆ ਵੀ ਨਹੀਂ ਸੀ ਉਦੋਂ 33 ਕਰੋੜ ਦੇ ਉੱਤੇ ਸੀ। ਭਾਵ ਇਹ ਇੱਕ ਕਹਿਣ ਦਾ ਤਰੀਕਾ ਜਾਂ ਸਮਝਾਉਣ ਦਾ ਤਰੀਕਾ ਵੀ ਹਰ ਇੱਕ ਦਾ ਆਪਣਾ ਦੇਵਤਾ, ਜਿਵੇਂ ਕਹਿੰਦੇ ਆ ਸਾਡਾ ਪਰਸਨਲ ਡਾਕਟਰ ਹੈ ਜੀ, ਤੇ ਅੱਜ ਕੱਲ੍ਹ ਪਰਸਨਲ ਸੰਤ ਚੱਲ ਰਹੇ ਨੇ ਲੋਕਾਂ ਦੇ, ਵੀ ਸਾਡਾ ਸੰਤ ਉਹ ਹੈ, ਤੁਹਾਡਾ ਸੰਤ ਉਹ ਹੈ। ਸੋ ਉਹ ਅੱਜ ਉਹ ਗੁਰੂ ਘਰ ਦੇ ਸੰਤ ਨਹੀਂ ਹੈਗੇ, ਉਹ ਕਿਸੇ 4 ਜਾਂ 10 ਬੰਦਿਆਂ ਦੇ ਸੰਤ ਨੇ। ਉਸੇ ਤਰ੍ਹਾਂ ਹੀ ਉਹ ਜਿਹੜੇ ਦੇਵਤੇ ਸੀ ਕੁਛ ਖਿੱਤਿਆਂ ਦੇ ਦੇਵਤੇ ਸੀ। ਓਕੇ, ਸੋ ਇਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਜਿਹੜਾ ਧਾਰਮਿਕ ਲੋਕ ਨੇ ਉਹ ਇੰਨਾ ਜ਼ਿਆਦਾ ਵੰਡਿਆ ਹੋਇਆ ਸੀ ਵੀ ਕਿਸੇ ਇੱਕ ਬਾਰੇ ਕਹਿਣਾ ਔਖਾ ਔਖਾ ਹੈ। ਸੋ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਵਿੱਚ ਜਿਹੜੇ ਜੁੱਜ ਬਣ ਗਏ, ਲਫ਼ਜ਼ ਜੁੱਜ ਹੈ ਮੈਂ ਸ਼ਾਇਦ ਨੂੰ ਨਾ ਸਮਝਾ ਸਕਾਂ, ਮੈਂ ਇਸ ਜੁੱਜ ਨੂੰ ਇਹ ਸਮਝਦਾ ਵੀ ਜਿਹੜੀ ਚੀਜ਼
ਪ੍ਰੈਕਟੀਕਲੀ ਐਗਜ਼ਿਸਟ ਨਾ ਕਰਦੀ ਹੋਵੇ ਪਰ ਕਿਸੇ ਨਾ ਕਿਸੇ ਰੂਪ 'ਚ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਮਾਨਤਾ ਚਲੀ ਜਾਵੇ, ਉਹ ਅੰਨੇ ਹੋ ਕੇ ਉਹਦੇ ਮਗਰ ਪੈ ਜਾਣ, ਅੰਧ ਵਿਸ਼ਵਾਸ 'ਚ ਪੈ ਜਾਣ, ਉਹਨੂੰ ਜੁੱਝ ਕਹਿ ਜੁੱਝ ਇੰਨੇ ਵੱਧ ਗਏ ਸੀ ਲੋਕਾਂ ਦੇ ਕਿ ਉਹਨਾਂ ਵਾਸਤੇ ਕਰਮ ਕਾਂਡ ਇੰਨਾ ਮਹੱਤਵਪੂਰਨ ਹੋ ਗਿਆ ਸੀ ਕਿ ਜਿਹਨੂੰ ਆਪਾਂ ਅੱਜ ਧਰਮ ਦੇ ਰੂਪ 'ਚ ਸਮਝਦੇ ਹਾਂ ਉਹ ਲਫ਼ਜ਼ ਦੀ ਜਿਹੜੀ ਹੈ ਵਿਆਖਿਆ ਲਗਭਗ ਸਮਾਪਤ ਹੋ ਗਈ ਸੀ। ਲੋਕ ਕਰਮ ਕਾਂਡਾਂ ਦੇ ਉੱਤੇ ਹੀ ਧਰਮ ਦੀ ਆਸਥਾ ਰੱਖਦੇ ਸੀ। ਓਕੇ। ਤੇ ਜਿਹੜੇ ਚਲਾਕ ਲੋਕ ਹੁੰਦੇ ਨੇ ਉਹ ਇਹ ਦੇਖਦੇ ਹੁੰਦੇ ਨੇ ਵੀ ਇਹ ਇਸ ਜੁੱਝ ਨੂੰ ਮੰਨਦਾ ਤਾਂ ਮੈਂ ਇਹਨੂੰ ਕਿਵੇਂ ਵਰਤ ਸਕਦਾ। ਓਕੇ। ਉਹ ਜਿਹੜਾ ਵਰਤਣ ਤੇ ਵਰਤਰਾਉਣ ਦਾ ਇੱਕ ਬਹੁਤ ਵੱਡਾ ਐਪੀਸੋਡ ਹੈ ਉਹ ਇਸ ਖਿੱਤੇ 'ਚ ਅੱਡ ਅੱਡ ਰੂਪ ਵਿੱਚ ਚੱਲ ਰਿਹਾ ਸੀ। ਸੋ ਗੁਰੂ ਨਾਨਕ ਸਾਹਿਬ ਇੱਕੋ ਇੱਕ ਪੈਗੰਬਰ ਨੇ ਜਿਹਨੇ 40,000 ਕਿਲੋਮੀਟਰ ਦੀ ਯਾਤਰਾ ਕੇਵਲ ਇਸ ਲਈ ਕੀਤੀ ਕਿ ਸਮਝਾਂ ਤੇ ਸਮਝਾਵਾਂ। ਜੀ 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 ਜੀ। ਉਹ ਖਿੱਤਿਆਂ ਨੂੰ ਸਮਝਣ ਕਹਿਣ ਤੋਂ ਭਾਵ ਇਹ ਹੈ ਕਿ ਜੇ ਆਪਾਂ ਧਰਮ ਦੀ ਗੱਲ ਕਰੀਏ ਤੇ ਪਖੰਡ ਬਹੁਤ ਜ਼ਿਆਦਾ ਵਧੀਆ ਹੋਇਆ ਸੀ। ਬਿਲਕੁਲ। ਘਰ ਘਰ ਦੇ ਵਿੱਚ ਆਪੋ ਆਪਣਾ ਦੇਵਤਾ ਸੀ ਜਿਹਦੀ ਤੁਸੀਂ 33 ਕਰੋੜ ਦੀ ਗੱਲ ਕੀਤੀ ਜਿਵੇਂ ਅੱਜ ਕਹਿ ਦਿੱਤਾ ਜਾਂਦਾ। ਸੋ ਦਰਸ਼ਕੋ ਗੱਲ ਬੜੀ ਸਮਝਣ ਵਾਲੀ ਹੈ ਜੇ ਆਪਾਂ ਗੱਲ ਕਰੀਏ ਕਿ ਉਸ ਸਮੇਂ ਦੇ ਧਾਰਮਿਕ ਹਾਲਾਤ ਕਿਹੋ ਜਿਹੇ ਸਨ। ਵਿਦਵਾਨਾਂ ਨੇ ਆਪੋ ਆਪਣੇ ਢੰਗ ਦੇ ਵਿੱਚ ਦੱਸਿਆ ਪਰ ਸਾਨੂੰ ਜੋ ਪ੍ਰੋਫੈਸਰ ਸਾਹਿਬ ਨੇ ਅੱਜ ਸਮਝਾਉਣ ਦਾ ਯਤਨ ਕੀਤਾ ਹੈ ਉਹ ਕਹਿੰਦੇ ਕੀ ਹਾਲਾਤ ਦੱਸੀਏ ਜਿਵੇਂ ਲੋਕੀ ਕਹਿ ਦਿੰਦੇ ਨੇ ਨਾ ਘਰ ਘਰ ਦੇਵਤਾ ਬੈਠਾ। ਕਹਿੰਦੇ ਘਰ ਘਰ ਦੇਵਤਿਆਂ ਵਾਲੀ ਗੱਲ ਸੀ, ਕੋਈ ਕਿਸੇ ਨੂੰ ਪੂਜਦਾ ਪਿਆ, ਕੋਈ ਕਿਸੇ ਨੂੰ ਪੂਜਦਾ ਪਿਆ ਔਰ ਲੋਕਾਈ ਵਹਿਮਾਂ ਅਤੇ ਭਰਮਾਂ ਦਾ ਸ਼ਿਕਾਰ ਹੋ ਚੁੱਕੀ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਦੇ ਧਾਰਮਿਕ ਹਾਲਾਤ ਸਨ। ਸਿਆਸੀ ਹਾਲਾਤ ਕਿਹੋ ਜਿਹੇ ਸਨ ਜ਼ਰੂਰ ਜਾਣਾਂਗੇ ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। 106 ਦੇਸ਼ਾਂ ਵਿੱਚ ਦੇਖੇ ਜਾ ਰਹੇ ਅਕਾਲ ਚੈਨਲ ਦੇ ਕੋਲ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਲਾਈਵ ਜਾਂ ਡੀ ਲਾਈਵ ਕਰਨ ਦੀ ਪੂਰੀ ਟੈਕਨੋਲੋਜੀ ਮੌਜੂਦ ਹੈ। ਤੁਹਾਡਾ ਸਾਰਾ ਪ੍ਰੋਗਰਾਮ ਹਾਈ ਡੈਫੀਨੇਸ਼ਨ ਤੇ ਕਵਰ ਕੀਤਾ ਜਾਵੇਗਾ। ਜੇ ਤੁਸੀਂ ਗੁਰੂ ਮਹਾਰਾਜ ਦੇ ਪੈਗਾਮ ਨੂੰ ਘਰ ਘਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਪ੍ਰੋਗਰਾਮ ਰਿਕਾਰਡ ਕਰਵਾਉਣ ਲਈ ਸੰਪਰਕ ਕਰੋ 07-0274-8906 ਤੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਬ੍ਰੇਕ ਤੋਂ ਬਾਅਦ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮਖੂ ਤਹਿ ਦਿਲ ਤੋਂ ਸਵਾਗਤ ਕਰ ਰਿਹਾ ਹਾਂ। ਦਰਸ਼ਕੋ ਗੁਰ ਕੀ ਬਾਤ ਦੇ ਵਿੱਚ ਪ੍ਰੋਫੈਸਰ ਸਾਹਿਬ ਦੇ ਨਾਲ ਗੱਲ ਚੱਲਦੀ ਸੀ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਦੇ ਧਾਰਮਿਕ ਹਾਲਾਤ ਕਿਹੋ ਜਿਹੇ ਸਨ ਤੇ ਸਾਨੂੰ ਬਾਖੂਬੀ ਢੰਗ ਦੇ ਵਿੱਚ ਦੱਸਿਆ। ਜ਼ਰੂਰ ਇਹਨਾਂ ਦੇ ਕੋਲੋਂ ਹੁਣ ਜਾਣਕਾਰੀ ਲੈਂਦੇ ਹਾਂ ਕਿ ਉਸ ਸਮੇਂ ਦੇ ਸਿਆਸੀ ਹਾਲਾਤ ਵੀ ਕਿਹੋ ਜਿਹੇ ਸਨ। ਪ੍ਰੋਫੈਸਰ, ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਦੱਸੋ ਜਿਵੇਂ ਤੁਸੀਂ ਧਾਰਮਿਕ ਹਾਲਾਤਾਂ ਦੀ ਗੱਲ ਦੱਸੀ ਹੈ ਵੀ ਰੱਬ ਹੀ ਵੰਡਿਆ ਪਿਆ ਸੀ। ਅੱਜ ਵੀ ਦਰਸ਼ਕੋ ਐਸਾ ਹੋ ਰਿਹਾ, ਇੱਟਾਂ ਵੰਡ ਕੇ ਗੁਰੂ ਘਰ ਬਣਾ ਲੈਂਦੇ ਨੇ ਔਰ ਇਸ ਤਰ੍ਹਾਂ ਦੇ ਹਾਲਾਤ ਉਸ ਸਮੇਂ ਵੀ ਸਨ। ਮੂਰਤੀ ਬਣਾਈ ਅਤੇ ਵੱਖਰਾ ਤੁਹਾਡਾ ਭਗਵਾਨ ਬਣ ਗਿਆ। ਪ੍ਰੋਫੈਸਰ, ਉਸ ਸਮੇਂ ਦੇ ਸਿਆਸੀ ਹਾਲਾਤ ਕਿਹੋ ਜਿਹੇ ਸੀ? ਹਰਪ੍ਰੀਤ ਸਿੰਘ ਜੀ, ਜੇ ਮੈਂ ਇਹਨੂੰ ਆਪਣੇ ਜਿੰਨੀ ਕੁ ਮੇਰੀ ਬੌਧਿਕਤਾ ਇਹਦੇ ਨਾਲ ਮੇਲ ਖਾਂਦੀ ਹੈ ਜੀ, ਸਿਆਸੀ ਹਾਲਾਤ ਬੇਸ਼ੱਕ ਆਪਾਂ ਹੁਣ ਡਿਸਕਸ ਕਰਾਂਗੇ ਜੀ, ਪਰ ਸਿਆਸੀ ਹਾਲਾਤਾਂ ਨੂੰ ਧਾਰਮਿਕ ਹਾਲਾਤਾਂ ਤੋਂ ਅੱਡ ਕਰਕੇ ਨਹੀਂ ਦੇਖਿਆ ਜਾ ਸਕਦਾ। ਓਕੇ। ਅਤੇ ਮੈਂ ਗੁਰੂ ਨਾਨਕ ਸਾਹਿਬ ਦਾ ਇਸ ਲਈ ਵੀ ਬਹੁਤ ਵੱਡਾ ਮੁਰੀਦ ਹਾਂ, ਭਾਵੇਂ ਮੈਂ ਸਿੱਖਾਂ ਦੇ ਘਰ ਹੀ ਜੰਮਿਆ ਪਰ ਮੈਂ ਬਾਇਓਲੋਜਿਕ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ, ਬਾਏ ਬਰਥ ਨਹੀਂ ਮੈਂ ਕਹਿ ਸਕਦਾ। ਓਕੇ। ਬਾਇਓਲੋਜਿਕ ਗੁਰੂ ਨਾਨਕ ਸਾਹਿਬ ਨੇ ਇਹ ਚੀਜ਼ ਦੁਨੀਆ ਨੂੰ ਸਮਝਾਈ ਹੈ ਕਿ ਤੁਸੀਂ ਜਿਹੜਾ ਅੱਗੇ ਜਾ ਕੇ ਸਾਨੂੰ ਸਮਝਾਇਆ ਗਿਆ ਕਿ ਮੀਰੀ ਅਤੇ ਪੀਰੀ ਦੇ ਸੰਕਲਪ ਜੀ, ਉਹਦਾ ਬੀਜ ਰੂਪ ਜਿਹੜਾ ਗੁਰੂ ਨਾਨਕ ਸਾਹਿਬ ਕੋਲ। ਠੀਕ ਹੈ। ਜਦੋਂ ਭਾਈ ਗੁਰਦਾਸ ਜੀ ਇਹ ਗੱਲ ਕਹਿੰਦੇ ਨੇ ਕਿ ਕੂੜ ਅਮਾਵਸ ਸੱਚ ਚੰਦਰਮਾ ਦੀਸਾ ਨਾਹੀਂ ਕਹਿ ਚੁੜਿਆ। ਕਿਆ ਬਾਤ ਹੈ। ਅਮਾਵਸ ਵਾਲੀ ਰਾਤ ਨੂੰ ਵੀ ਚੰਦਰਮਾ ਇਸੇ ਹੀ ਲੋਕਾਈ ਦੇ ਵਿੱਚ ਹੁੰਦਾ ਹੈ, ਇਸੇ ਬ੍ਰਹਿਮੰਡ ਦੇ ਵਿੱਚ ਹੁੰਦਾ ਹੈ ਜੀ, ਪਰ ਸਾਨੂੰ ਨਹੀਂ ਦਿਸਦਾ। ਉਹਦਾ ਉਹ ਸਮਝਾਉਣ ਦੀ ਕੋਸ਼ਿਸ਼ ਉਹ ਕਿਹਨੇ ਦਬਾਇਆ ਫਿਰ? ਜਦੋਂ ਤੁਸੀਂ ਇਹ ਲਫ਼ਜ਼ ਆਪਣੇ ਆਪਾਂ ਡਿਸਕਸ ਕਰਾਂਗੇ ਜੀ ਵੀ ਉਹ ਫਿਰ ਕਿਹਨੇ ਲੁਕੋ ਦਿੱਤਾ? ਜਿਸ ਤਰ੍ਹਾਂ ਅਮਾਵਸ ਦੇ ਹਨੇਰੇ ਨੇ ਭਾਵ ਚੰਦ ਦੇ ਹੁੰਦਿਆਂ ਵੀ ਸਾਨੂੰ ਦਿਖਣ ਤੋਂ ਨਾ ਕਰ ਦਿੱਤੀ, ਓਹਲੇ ਕਰ ਦਿੱਤਾ। ਕਿਆ ਬਾਤ ਹੈ। ਉਹ ਰਾਜਸੀ ਸਥਿਤੀ ਸੀ ਜਿਹਨੇ ਉਸ ਵਕਤ ਚੰਦ ਦੇ ਹੁੰਦਿਆਂ ਵੀ ਭਾਵ ਧਰਮ ਧਾਰ, ਦੇਖੋ ਧਰਮ ਲਫ਼ਜ਼ ਦਾ ਸੰਬੰਧ ਸਿੱਧਾ ਰੱਬ ਨਾਲ ਜੀ, ਜੇ ਰੱਬ ਅੱਜ ਇੱਕ ਹੈ ਤਾਂ ਉਦੋਂ ਵੀ ਇੱਕ ਸੀ ਜੀ, ਜੋ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਇੱਕ ਓਂਕਾਰ ਜੀ, ਪਰ ਉਸ ਰੱਬ ਦੇ ਹੁੰਦਿਆਂ ਵੀ ਸਾਨੂੰ ਉਹ ਰੱਬ ਉਸ ਰੂਪ 'ਚ ਨਹੀਂ ਸੀ ਦਿਸਦਾ ਜਿਸ ਤਰ੍ਹਾਂ ਚੰਨ ਉਸ ਰੂਪ 'ਚ ਨਹੀਂ ਦਿਸਦਾ ਜੀ, ਜਿਸ ਰੂਪ 'ਚ ਉਹ ਹੈ ਜੀ ਬਾਕੀ ਦਿਨਾਂ ਦੇ ਵਿੱਚ। ਅਮਾਵਸ
ਇਹਨਾਂ ਰਾਸੀ ਲੋਕਾਂ ਨੇ ਸਾਰੀ ਸਥਿਤੀ ਹੀ ਇੰਨੀ ਅਮਾਵਸ ਵਾਲੀ ਇੰਨੀ ਹਨੇਰੀ ਬਣਾਤੀ ਸੀ ਕਿ ਰੱਬ ਹੁੰਦਿਆਂ ਵੀ ਸਾਨੂੰ ਉਸ ਰੂਪ ਚ ਨਹੀਂ ਸੀ ਦਿਸਦਾ। ਕੀ ਬਾਤ ਹੈ ਵੀ ਤੁਹਾਡੇ ਕਹਿਣ ਤੋਂ ਭਾਵ ਕਿ ਇਹ ਜਿਹੜੀ ਅਮਾਵਸ ਦੁਨਿਆਵੀ ਅਮਾਵਸ ਦੀ ਗੱਲ ਨਹੀਂ ਹੈ, ਨਹੀਂ ਇਹ ਪਾਪਾਂ ਦੇ ਹਨੇਰੇ ਦੀ ਗੱਲ, ਇਹ ਤਾਂ ਇੱਕ ਉਹਨਾਂ ਨੇ ਸੰਕੇਤ ਵਰਤਿਆ। ਕੀ ਬਾਤ ਹੈ ਵੀ ਚੰਦਰਮਾ ਧਰਮ ਦੀ ਗੱਲ ਕੀਤੀ ਹੈ। ਹਰ ਇੱਕ ਬੰਦੇ ਦੇ ਜ਼ਿੰਦਗੀ ਦੇ ਵਿੱਚ 15 ਦਿਨਾਂ ਬਾਅਦ ਜਾਂ ਜੋ ਵੀ ਸਿਸਟਮ ਹੈਗਾ ਮੈਨੂੰ ਨਹੀਂ ਪਤਾ, ਉਹ ਅਮਾਵਸ ਦੀ ਰਾਤ 30 ਦਿਨਾਂ ਬਾਅਦ ਆ ਹੀ ਜਾਣੀ ਹੈ। ਜੇ ਉਹ ਸਮਝਣਾ ਚਾਹੁੰਦਾ ਤਾਂ ਉਸ ਰਾਤ ਨੂੰ ਸਮਝ ਲਏਗਾ ਵੀ ਜਿਹੜਾ ਪਰਸੋਂ ਜਾਂ ਚੌਥੇ ਛੋਟਾ ਜਿਹਾ ਚੰਦ ਦਿਸਦਾ ਸੀ ਅੱਜ ਵੀ ਉਹ ਇੱਥੇ ਕਿਤੇ ਹੈ। ਪਰ ਉਹ ਸਾਨੂੰ ਕਿਉਂ ਦਿਸਦਾ? ਕਿਉਂਕਿ ਹਨੇਰੇ ਦਾ ਜ਼ੋਰ ਵੱਧ ਗਿਆ। ਕੀ ਬਾਤ ਹੈ, ਉਹ ਰਾਜਸੀ ਪ੍ਰਸਥਿਤੀਆਂ ਨੇ ਧਰਮ ਦੇ ਉੱਤੇ ਇੰਨਾ ਆਪਣਾ ਜ਼ੋਰ ਵਧਾ, ਜੇ ਮੈਂ ਇਹ ਗੱਲ ਇਹਦੇ ਵਿੱਚੋਂ ਟੋਕ ਕੇ ਕਹਿਣਾ ਚਾਹਵਾਂ, ਅੱਜ ਵੀ ਉਹੀ ਹਾਲਾਤ ਨੇ। ਜੀ 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 ਜੀ, ਹਾਲਾਤ ਹਿਸਟਰੀ ਕਹਿੰਦੇ ਨੇ ਆਪਣੇ ਆਪ ਨੂੰ ਰਿਵਾਈਵ ਕਰਦੀ ਰਹਿੰਦੀ ਹੈ। ਗੱਲ ਇਹ ਹੈ ਕਿ ਗੁਰੂ ਨਾਨਕ ਨੇ ਸਾਨੂੰ 250 ਸਾਲ 239 ਸਾਲ 'ਚ ਇਹ ਸਮਝਾ ਦਿੱਤਾ ਕਿ ਮੈਂ ਇੱਕ ਦੀਵਾ ਤੁਹਾਡੇ ਹੱਥ 'ਚ ਦੇ ਚੱਲਿਆ, ਉਹਦੀ ਦੀਵੇ ਦੀ ਰੋਸ਼ਨੀ 'ਚ ਜੇ ਦੇਖ ਕੇ ਅੱਗੇ ਚੱਲੋਗੇ ਤਾਂ ਖੂਹ 'ਚ ਛਾਲ ਨਹੀਂ ਮਾਰੋਗੇ। ਜੀ 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 ਜੀ, ਦੇਖੋ ਨਾ, ਮਨ ਜਾਣਤ ਸਭ ਬਾਤ, ਜਾਣਤ ਹੀ ਅਵਗਨ ਕਰੈ ਕਾਹੇ ਕੀ ਪੁਸਲਾਤ, ਹਾਥ ਦੀਪ। ਹੁਣ ਗੱਲ ਇਹ ਹੈ ਕਿ ਇਹ ਇਹ ਸਾਨੂੰ ਸਮਝਾਇਆ, ਇਹਦੀ ਸ਼ੁਰੂਆਤ ਜਿਹੜਾ ਤੁਸੀਂ ਸਵਾਲ ਕੀਤਾ ਹੈ ਰਾਜਸੀ ਪ੍ਰਸਥਿਤੀ ਕੀ ਸੀ, ਉਸ ਰਾਜਸੀ ਪ੍ਰਸਥਿਤੀ 'ਚ ਪਹਿਲਾ ਪੈਗੰਬਰ ਸੀ ਇਸ ਖਿੱਤੇ ਦਾ ਕਿ ਦੁਨੀਆਂ ਦੇ ਖਿੱਤੇ ਦਾ, ਜਿਹਨੇ ਨਿਹੱਥੇ ਰੂਪ ਦੇ ਵਿੱਚ ਆਪਣੇ ਇੱਕ ਮਹਾਨ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਜਾ ਕੇ ਐਮਨਾਬਾਦ ਦੇ ਮੈਦਾਨ, ਜੰਗੀ ਮੈਦਾਨ ਦੇ ਵਿੱਚ, ਮੈਦਾਨ ਨਹੀਂ ਜੰਗੀ ਮੈਦਾਨ ਦੇ ਵਿੱਚ ਐਂ ਲਲਕਾਰ ਕੇ ਕਿਹਾ, ਬਾਬਰ ਤੂੰ ਜਾਬਰ ਹੈ। ਕੀ ਬਾਤ ਹੈ, ਹੁਣ ਬਾਬਰ ਇੱਕ ਰਾਜਸੀ ਬੰਦਾ ਹੈ। ਗੁਰੂ ਨਾਨਕ ਸਾਹਿਬ ਸਿੰਬੋਲਿਕਲੀ ਅਸੀਂ ਉਹਨੂੰ ਧਾਰਮਿਕ ਬੰਦਾ ਮੰਨਦੇ ਹਾਂ, ਹਲਕੇ ਮੈਂ ਨਹੀਂ ਸਮਝਦਾ, ਮੈਂ ਤਾਂ ਮੀਰੀ ਪੀਰੀ ਦੇ ਸੰਕਲਪ ਨੂੰ ਹੀ ਗੁਰੂ ਨਾਨਕ ਸਮਝਦਾ। ਜੀ 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 ਜੀ, ਉਹਨੂੰ ਅੱਡ ਕਰਕੇ ਨਹੀਂ ਦੇਖਿਆ ਜਾ ਸਕਦਾ। ਜੀ ਜੀ ਜੀ, ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਨੂੰ ਅੱਡ ਕਰਕੇ ਨਹੀਂ ਦੇਖਿਆ ਜਾ ਸਕਦਾ, ਉਹਨਾਂ ਦੀ ਸਮੁੱਚਤਾ ਹੀ ਉਹ ਕੰਪਲੈਕਸ ਹੈ। ਓਕੇ, ਜਿਹੜਾ ਸਿੱਖੀ ਦਾ ਕੰਪਲੈਕਸ ਹੈ, ਜਿਹੜਾ ਸਾਡਾ ਬ੍ਰਹਿਮੰਡ ਹੈ ਜੀ, ਇਸ ਦੁਨੀਆਂ ਦਾ ਬ੍ਰਹਿਮੰਡ ਹੈ। ਸੋ ਮੈਂ ਰਾਜਸੀ ਪ੍ਰਸਥਿਤੀ ਬਾਰੇ ਇਹ ਕਹਿਣਾ ਕਿ ਜਿਹਦਾ ਜ਼ੋਰ ਚੱਲ ਗਿਆ ਉਹਨੇ ਆਪਣੇ ਕਿਸਮ ਦਾ ਹਨੇਰਾ ਫੈਲਾ ਕੇ ਦੁਨੀਆਂ ਨੂੰ ਲੁੱਟਿਆ। ਕੀ ਬਾਤ ਹੈ, ਸੋ ਉਸ ਹਨੇਰਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਦੂਰ ਕੀਤਾ ਅਤੇ ਭਾਈ ਗੁਰਦਾਸ ਜੀ ਨੇ ਉਹਦੀ ਗਵਾਹੀ ਦਿੱਤੀ। ਓਕੇ, ਸੋ ਇਸ ਤਰ੍ਹਾਂ ਦੇ ਜਿਹੜੇ ਰਾਜਸੀ ਹਾਲਾਤ ਸੀ ਉਹਦੇ ਵਿੱਚ ਹੀ ਆ ਜਾਂਦਾ ਵੀ ਰਾਜੇ ਸ਼ੀ ਮੁਕੱਦਮ ਕੁੱਤੇ। ਕਿਆ ਬਾਤ, ਉਹ ਰਾਜਸੀ ਬੰਦੇ ਨੇ। ਪਰ ਇੱਕ ਹੋਰ ਸਾਨੂੰ ਜਾਣਕਾਰੀ ਦਿਓ, ਜਦੋਂ ਅੱਜ ਕੋਈ ਕਥਾਵਾਚਕ ਸਟੇਜ ਦੇ ਉੱਪਰ ਬੋਲਦਾ ਹੈ, ਅਜੋਕੀਆਂ ਸਰਕਾਰਾਂ ਦੀ ਗੱਲ ਕਰਦਾ ਅਤੇ ਉਹਨੂੰ ਇਹ ਕਹਿ ਕੇ ਟੋਕ ਦਿੱਤਾ ਜਾਂਦਾ ਵੀ ਤੁਸੀਂ ਸਿਆਸਤ ਤੋਂ ਬਾਬਾ ਜੀ ਕੀ ਲੈਣਾ, ਤੁਸੀਂ ਧਰਮ ਦੀ ਗੱਲ ਕਰਿਆ ਕਰੋ, ਸ਼ਬਦ ਦੀ ਗੱਲ ਕਰਿਆ ਕਰੋ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਬਾਣੀ ਦੇ ਵਿੱਚ ਜਿਵੇਂ ਆਪਾਂ ਪੜ੍ਹਦੇ ਹਾਂ, ਰਾਜੇ ਸ਼ੀ ਮੁਕੱਦਮ ਕੁੱਤੇ, ਪਾਪ ਕੀ ਜਾਂਚ ਲੈ ਕਾਬਲ ਹੋ ਧਾਇਆ, ਊੜ ਮਾਵਤ ਸੱਚ ਚੰਦਰਮਾ ਦੀਸੈ ਨਾਹੀਂ ਕਹਿ ਚੜਿਆ, ਹੋ ਭਾਲ ਵੀ ਕੁੰਨੀ ਕੋਈ ਅਧੇਰੇ ਰਹੋ ਨਾ ਕੋਈ। ਵੀ ਉਸ ਸਮੇਂ ਦੀ ਸਿਆਸਤ 'ਤੇ ਇੰਨੀ ਚੋਟ ਮਾਰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ 'ਤੇ ਸਵਾਲ ਨਹੀਂ ਕੀਤਾ ਜਾ ਸਕਦਾ ਵੀ ਗੁਰੂ ਨਾਨਕ ਪਾਤਸ਼ਾਹ ਤੁਸੀਂ ਸਿਆਸਤ ਤੋਂ ਕੀ ਲੈਣਾ। ਮੈਂ ਇਹੀ ਗੱਲ ਤੁਸੀਂ ਜਿਹੜੀ ਕਰ ਰਹੇ ਹੋ, ਲਗਭਗ ਆਪਾਂ ਇੱਕੋ ਹੀ ਗੱਲ ਕਰ ਰਹੇ ਹਾਂ। ਸ਼ਬਦਾਂ ਸਾਡੇ ਅੱਜ ਦੇ ਲੋਕਾਂ ਨੇ ਉਸ ਚੀਜ਼ ਨੂੰ ਸਮਝਿਆ ਹੀ ਨਹੀਂ। ਸਮਝਿਆ ਜੀ, ਦੋ ਵੱਡੀਆਂ ਪ੍ਰਸਥਿਤੀਆਂ ਦੁਨੀਆਂ ਦੇ ਇਤਿਹਾਸ 'ਚ ਮੁੱਢ ਤੋਂ ਅੱਜ ਤੱਕ ਚੱਲੀਆਂ ਆਉਂਦੀਆਂ, ਆਪਾਂ ਬੈਠੇ ਹਾਂ ਨਾ, ਅੱਜ ਤੱਕ ਚੱਲੀਆਂ ਆਉਂਦੀਆਂ ਨੇ। ਓਕੇ, ਉਹ ਇਹ ਹੁੰਦੀਆਂ ਨੇ ਕਿ ਜਿਹੜਾ ਬੰਦਾ ਕਿਸੇ ਚੀਜ਼ ਨੂੰ ਐਕਸਪਲੋਇਟ ਕਰਨਾ ਚਾਹੁੰਦਾ ਹੈ, ਭਾਵ ਆਪਣੇ ਫਾਇਦੇ ਲਈ ਵਰਤਣਾ ਚਾਹੁੰਦਾ ਹੈ, ਓਕੇ, ਉਹ ਦੋ ਤਰ੍ਹਾਂ ਦੇ ਹਥਿਆਰ ਵਰਤਦਾ ਹੈ। ਅੱਛਾ, ਇੱਕ ਡਰ, ਇੱਕ ਲਾਲਚ। ਓਕੇ, ਇਹਨਾਂ ਦੋਹਾਂ ਦੇ ਉੱਤੇ ਹੀ ਰਾਜਸੀ ਲੋਕ ਸੋਚਦੇ ਨੇ ਵੀ ਜਾਂ ਤਾਂ ਇਹਨਾਂ ਨੂੰ ਡਰਾ ਲਿਆ ਜਾਵੇ ਤੇ ਜਾਂ ਇਹਨੂੰ ਲਾਲਚ ਦੇ ਕੇ ਖਰੀਦ ਲਿਆ ਜਾਵੇ। ਓਕੇ, ਗੁਰੂ ਨਾਨਕ ਇੱਕ ਐਸਾ ਪੈਗੰਬਰ ਹੈ ਜਿਹਨੇ ਆਪਣੇ ਘਰ ਚੋਂ ਇਹ ਉਦਾਹਰਣਾਂ ਦਿੱਤੀਆਂ ਨੇ ਵੀ ਚਾਹੇ ਪ੍ਰਿਥੀ ਚੰਦ ਜੀ ਨੇ, ਚਾਹੇ ਰਾਮ ਰਾਏ ਜੀ ਨੇ, ਜੀ ਜੀ, ਜਾਂ ਉਹ ਡਰ ਗਏ ਜਾਂ ਉਹ ਲਾਲਚ ਵਸਾ ਗਏ। ਜੀ 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 ਜੀ, ਤਾਂ ਉਹ ਗੁਰੂ ਘਰ ਦੇ ਮੇਨ ਸਟ੍ਰੀਮ ਦੇ ਮੈਂਬਰ ਨਹੀਂ ਬਣ ਸਕੇ। ਓਕੇ, ਸੋ ਇਹ ਗੱਲ ਜੇ ਸਾਨੂੰ ਸਮਝਣੀ ਹੋਏਗੀ, ਮੈਂ ਤੁਹਾਨੂੰ ਬੇਨਤੀ ਕੀਤੀ ਸੀ ਵੀ 10 ਜਾਮਿਆਂ ਨੂੰ ਇਕੱਠੇ ਕਰਕੇ ਗੁਰੂ ਨਾਨਕ ਸਾਹਿਬ ਦੇ ਬਾਰੇ ਕੁਝ ਸੋਚਿਆ ਜਾ ਸਕਦਾ ਹੈ। ਜੀ ਜੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਤੁੱਕ ਸਾਨੂੰ ਅਗਵਾਈ ਦਿੰਦੀ ਹੈ ਕਿ ਉਹਦੇ ਵਿੱਚ ਲਿਖਿਆ ਹੈ ਕਿ ਜੋਤ ਉਹਾ ਜੀ ਜੋ ਜੋਗਤ ਸਾਏ ਸਹਿ ਕਾਇਆ ਫਿਰ ਪਲਟੀ ਪਲਟੀ ਹੈ। ਜੋਤ ਵੀ ਉਹੀ ਹੁੰਦੀ ਸੀ, ਸਾਨੂੰ ਲੱਗਦਾ ਸੀ ਵੀ ਇਹ ਗੁਰੂ ਨਾਨਕ ਸਾਹਿਬ ਨੇ, ਇਹ ਗੁਰੂ ਅੰਗਦ ਸਾਹਿਬ ਨੇ, ਗੁਰੂ ਅਮਰਦਾਸ ਜੀ ਨੇ, ਗੁਰੂ ਰਾਮਦਾਸ ਜੀ ਨੇ, ਜੀ ਜੀ, ਜਾਂ ਅੱਗੇ ਦਸਵੇਂ ਜਾਮੇ ਤੱਕ ਨੇ। ਜੁਗਤੀ ਵੀ ਉਹੀ ਹੁੰਦੀ ਸੀ, ਤਰੀਕਾ ਵੀ ਉਹੀ ਹੁੰਦਾ ਸੀ ਜੀ, ਕੇਵਲ ਸਰੀਰ ਦਾ ਰੂਪ ਬਦਲਦਾ ਸੀ। ਓਕੇ, ਟ੍ਰਾਂਸਫਰਮੇਸ਼ਨ ਆਫ ਜੋਤ ਜਿਹੜੀ ਹੈ, ਇਹ ਚੀਜ਼ ਨੂੰ ਜੇ ਗੁਰੂ ਨਾਨਕ ਸਾਹਿਬ ਨੇ ਸੁਮੇਰ ਪਰਬਤ 'ਤੇ ਜਾ ਕੇ ਕਿਹਾ ਕਿ ਸ਼ਬਦ ਗੁਰੂ ਸੁਰਤ ਉੱਚੇ ਜੀ, ਤਾਂ ਉਹ ਸ਼ਬਦ ਗੁਰੂ ਦੀ ਜਿਹੜੀ ਗੱਲ ਹੈ, ਮੈਂ ਕਹਿੰਦਾ ਦੁਨੀਆਂ 'ਚ ਐਸੀਆਂ ਵਿਲੱਖਣ ਉਦਾਹਰਨਾਂ ਪੈਦਾ ਕੀਤੀਆਂ ਗੁਰੂ ਨਾਨਕ ਸਾਹਿਬ ਨੇ ਵੀ ਜਦੋਂ ਉਹਨਾਂ ਦੇ ਇਸ ਦੁਨੀਆਂ ਤੋਂ ਚਲੇ ਜਾਣ ਦਾ ਸਰੀਰਕ ਤੌਰ 'ਤੇ ਟਾਈਮ ਆਇਆ, ਪਰ ਹਜੇ ਜੋਤ ਦਾ ਕੰਮ ਪਿਆ ਸੀ। ਓਕੇ, ਜਦੋਂ ਜੋਤ ਗੁਰੂ ਅੰਗਦ ਸਾਹਿਬ ਦੇ ਵਿੱਚ ਭਾਈ ਲਹਿਣਾ ਜੀ ਵਿੱਚ ਟ੍ਰਾਂਸਫਰ ਹੋਈ ਹੈ ਜੀ,
ਇਹ ਐਪੀਸੋਡ ਨੂੰ ਜੇ ਅਸੀਂ ਸਮਝ ਜਾਈਏ ਤਾਂ ਸਾਨੂੰ ਸਮਝ ਆਏਗਾ ਵੀ ਕਿੱਡਾ ਪ੍ਰੈਕਟੀਕਲ ਧਰਮ ਹੈ ਜਾਂ ਇਹਦੇ 'ਚ ਰਾਸੀ ਨੂੰ ਅੱਡ ਕਰਨਾ ਜਾਂ ਧਾਰਮਿਕ ਨੂੰ ਅੱਡ ਕਰਨਾ ਜਾਂ ਸੱਭਿਆਚਾਰ ਨੂੰ ਅੱਡ ਕਰਨਾ ਬਹੁਤ ਘੱਟ ਗੁੰਜਾਇਸ਼ ਹੈ ਜਾਂ ਨਾ ਦੇ ਮੁਤਾਬਿਕ ਅਸੰਭਵ ਹੈ ਜੀ। ਗੁਰੂ ਨਾਨਕ ਸਾਹਿਬ ਇਤਿਹਾਸਕਾਰਾਂ ਦੇ ਮੁਤਾਬਕ 12 ਦਿਨ ਤੋਂ 20 ਦਿਨ ਦਾ ਸਮਾਂ ਦਿੱਤਾ ਅੱਡ ਇਤਿਹਾਸਕਾਰਾਂ ਨੇ, ਭਾਵੇਂ ਉਹ ਇੱਕ ਦਿਨ ਹੋਵੇ ਮੈਂ ਇਹਦੇ ਬਾਰੇ ਨਹੀਂ ਜਾਣਦਾ। ਠੀਕ ਹੈ। ਗੁਰੂ ਨਾਨਕ ਸਾਹਿਬ ਜਦੋਂ ਸ਼ਬਦ ਗੁਰੂ ਨੂੰ ਜੋਤ ਰੂਪ ਵਿੱਚ ਟ੍ਰਾਂਸਫਰ ਕਰਦੇ ਨੇ ਗੁਰੂ ਅੰਗਦ ਸਾਹਿਬ ਦੇ ਵਿੱਚ, ਗੁਰੂ ਭਾਈ ਲਹਿਣਾ ਜੀ ਵਿੱਚ, ਤਾਂ ਉਹ 12 ਦਿਨ ਜਾਂ 20 ਦਿਨ, ਉਸ ਦਿਨ ਤੋਂ ਬਾਅਦ ਸੰਗਤ ਜੀ ਅੱਜ ਤੋਂ ਤੁਹਾਡਾ ਗੁਰੂ ਭਾਈ ਲਹਿਣਾ ਭਾਵ ਗੁਰੂ ਅੰਗਦ ਦੇਵ ਜੀ ਹੋਣਗੇ। ਇਹ ਲਫ਼ਜ਼ ਬੋਲਣ ਤੋਂ ਬਾਅਦ ਗੁਰੂ ਨਾਨਕ ਸਾਹਿਬ 12 ਦਿਨ ਜਾਂ 20 ਦਿਨ ਮੰਜੇ ਦੇ ਹੇਠਾਂ ਬੈਠੇ ਨੇ ਤੇ ਉੱਤੇ ਗੁਰੂ ਅੰਗਦ ਸਾਹਿਬ ਬੈਠੇ। ਕਿਆ ਬਾਤ! ਕਿਉਂਕਿ ਜੋਤ ਟ੍ਰਾਂਸਫਰ ਹੋ ਗਈ ਹੈ, ਜੁਗਤੀ ਉਹੀ ਚੱਲ ਰਹੀ ਹੈ ਤੇ ਅੱਗੇ ਉਹ ਦਸਵੇਂ ਜਾਮੇ ਤੱਕ ਜਾਣੀ ਹੈ ਜੀ। ਜੀ ਜੀ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਇਹਨਾਂ ਨੂੰ ਇੱਕ ਇੱਕ ਕਰਕੇ ਸਮਝਣਾ ਤੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਜੀ, ਇਹ ਸਿੱਖ ਧਰਮ ਹੈ। ਇਹਦੇ ਵਿੱਚ ਰਾਸੀ ਤੁਹਾਨੂੰ ਵੀ ਦਿਸੇਗਾ, ਰਾਸੀ ਬੜੀ ਵਾਰ ਦਿਸੇਗਾ ਜੀ। ਜੇ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਕੋ ਹਿੰਦੂ ਨਾ ਮੁਸਲਮਾਨ, ਤਾਂ ਕਾਜ਼ੀ ਸਾਹਿਬ ਨੇ ਕਿਹਾ ਤਾਂ ਉਹ ਕਿਸੇ ਨੇ ਸ਼ਿਕਾਇਤ ਕਰਤੀ ਵੀ ਇਹ ਇੱਕ ਬੰਦਾ ਨਵੇਂ ਜੰਮ ਗਿਆ, ਕਿਉਂਕਿ ਨਵੇਂ ਜਿਹੜਾ ਹੈ ਨਵੇਂ ਨਾ, ਇਹ ਨਵੇਂ ਤੋਂ ਆਪਣਾ ਅਗਲੀ ਗੱਲ ਸ਼ੁਰੂ ਹੋਏਗੀ। ਜੇਕਰ ਵੀ ਇਹ ਜਿਹੜਾ ਆਪਾਂ ਕਿਹਾ ਵੀ ਪਹਿਲੀਆਂ ਸਥਿਤੀਆਂ ਕੀ ਸੀ, ਆਪਾਂ ਉਹਦੇ ਬਾਰੇ ਡਿਸਕਸ ਕਰ ਰਹੇ ਹਾਂ ਵੀ ਆਪਾਂ ਇੰਝ ਕਹਿ ਸਕਦੇ ਹਾਂ ਵੀ ਜਿਹੜਾ ਰਾਜਸੀ ਬੰਦਾ ਆ ਉਸ ਸਮੇਂ ਲੋਕਾਂ ਨੂੰ ਡਰਾ ਰਿਹਾ ਸੀ, ਡਰਾ ਵੀ ਰਿਹਾ ਸੀ, ਲਾਲਚ ਵੀ ਦੇ ਰਿਹਾ ਸੀ, ਭਾਵ ਉਹ ਕਹਿੰਦਾ ਸੀ ਵੀ ਮੇਰੀ ਗੱਲ ਨੂੰ ਚਾਹੇ ਮੈਂ ਸਹੀ ਕਹਾਂ ਚਾਹੇ ਮੈਂ ਗਲਤ ਕਹਾਂ। ਨਹੀਂ, ਕਿਉਂਕਿ ਮੰਨ ਲੈਣਾ ਚਾਹੀਦਾ, ਅੱਜ ਵੀ ਰਾਜਸੀ ਬੰਦੇ ਧਾਰਮਿਕ ਲੋਕਾਂ ਨੂੰ ਯੂਜ਼ ਕਰਦੇ ਨੇ ਜੀ, ਕਿ ਉਦੋਂ ਵੀ ਇਹ ਵਰਤਾਰਾ ਚੱਲਦਾ ਸੀ। ਬਿਲਕੁਲ, ਇਹ ਚੱਲਦਾ ਸੀ, ਤਾਂ ਹੀ ਗੁਰੂ ਸਾਹਿਬ ਨੇ ਜਿੱਥੇ ਸਾਨੂੰ ਹਰਿਮੰਦਰ ਸਾਹਿਬ ਦਿੱਤੇ ਉੱਥੇ ਸਾਨੂੰ ਅਕਾਲ ਤਖਤ ਸਾਹਿਬ ਦਿੱਤੇ ਜੀ, ਵੀ ਅਸੀਂ ਦੁਨਿਆਵੀ ਰਾਜਸੀ ਸੱਤਾ ਦੀ ਅਧੀਨਗੀ ਨਹੀਂ ਮੰਨਣੀ। ਓਕੇ। ਕਿਉਂਕਿ ਉਸ ਵਕਤ ਵੀ ਸੱਤਾ ਜਿਹੜੀ ਸੀ ਉਹ ਧਰਮ ਨੂੰ ਆਪਣੇ ਮੁਤਾਬਕ ਚਲਾਉਣਾ ਚਾਹੁੰਦੀ ਸੀ, ਨਾ ਕਿ ਧਰਮ ਨੂੰ ਆਜ਼ਾਦੀ ਦੇ ਤੌਰ 'ਤੇ ਜੀਣ ਦੀ ਆਜ਼ਾਦੀ। ਓਕੇ। ਇਹਦੀਆਂ ਉਦਾਹਰਨਾਂ ਬੜੀਆਂ ਦਿੱਤੀਆਂ ਹੁੰਦੀਆਂ ਨੇ ਜਾ ਸਕਦੀਆਂ ਨੇ। ਅੱਜ ਉਸ ਤੋਂ ਵੀ ਜ਼ਿਆਦਾ ਭਿਆਨਕ ਰੂਪ ਦੇ ਵਿੱਚ ਸਿੱਖਾਂ ਦੀ ਹੋਂਦ ਦੇ ਉੱਤੇ ਜਿਹੜਾ ਅਟੈਕ ਹੋ ਰਿਹਾ ਹੈ, ਜੇ ਆਪਾਂ ਅੱਗੇ ਚੱਲਾਂਗੇ ਤਾਂ ਇਹ ਗੱਲਾਂ ਵੀ ਸਾਹਮਣੇ ਆ ਜਿਹੜੀ ਤੁਸੀਂ ਗੱਲ ਕੀਤੀ ਵੀ ਅੱਜ ਦੇ ਜੀ, ਅੱਜ ਉਹਨਾਂ ਲਈ ਬਹੁਤ ਜ਼ਰੂਰੀ ਹੋਊਗਾ, ਕਿਉਂਕਿ ਮੀਡੀਆ ਦਾ ਐਡਾ ਵੱਡਾ ਯੁੱਗ ਹੈ ਵੀ ਅਸੀਂ ਅੱਜ ਵਿਚਾਰ ਕਰ ਰਹੇ ਹਾਂ, ਹੋ ਸਕਦਾ 10 ਮਿੰਟਾਂ ਬਾਅਦ ਸੰਸਾਰ 'ਚ ਫੈਲ ਜਾਵੇ ਜੀ। ਉਸ ਵਕਤ ਇਹੋ ਜਿਹਾ ਮੀਡੀਆ ਨਹੀਂ ਸੀਗਾ ਜੀ, ਇਹਦਾ ਸਪਸ਼ਟ ਹੈ, ਇਤਿਹਾਸ ਦੇ ਜਿਹੜੇ ਪੜਾਅ ਨੇ ਉਹਨਾਂ ਤੋਂ ਪਤਾ ਲੱਗਦਾ, ਪਰ ਉਹਨਾਂ ਨੇ ਇਸ ਚੀਜ਼ ਦੀ ਅਣਹੋਂਦ ਵਿੱਚ ਵੀ ਰਾਸੀ ਜਿਹੜਾ ਗਲਬਾ ਹੈ ਉਹ ਧਰਮ ਉੱਤੇ ਰੱਖਿਆ ਤਾਂ ਜੋ ਉਹ ਆਪਣੀ ਮਨਮਰਜ਼ੀ ਕਰ ਸਕਣ ਜੀ। ਅੱਜ ਦੇ ਬੰਦੇ ਨੂੰ ਤਾਂ ਜ਼ਿਆਦਾ ਕਰਕੇ ਰੱਖਣਾ ਪੈਂਦਾ, ਉਹ ਮੈਂ ਨਾਂ ਨਹੀਂ ਲਵਾਂਗਾ ਤਾਂ ਵੀ ਪਤਾ ਲੱਗ ਜੂਗਾ, ਕਿਉਂਕਿ ਅੱਜ ਮੀਡੀਆ ਨੇ ਉਹਨਾਂ ਦੀਆਂ ਕਮਜ਼ੋਰੀਆਂ ਨੰਗੀਆਂ ਕਰਨੀਆਂ ਨੇ ਜੀ, ਮਿੰਟ ਮਿੰਟ ਬਾਅਦ ਨੰਗੀਆਂ ਕਰਨੀਆਂ ਨੇ। ਸੋ ਉਹਨਾਂ ਨੂੰ ਉਹਨਾਂ ਹੀ ਚਤੁਰਾਈ ਦੇ ਨਾਲ ਜਾਂ ਡਰਾ ਕੇ ਜਾਂ ਲਾਲਚ ਦੇ ਕੇ ਇਹੋ ਜਿਹਾ ਮਹਿਸੂਸ ਕਰਵਾਉਣਾ ਹੈ ਕਿ ਜਿਹੜਾ ਤੁਸੀਂ ਸਿੱਖ ਕਹਿੰਦੇ ਹੋ ਜਾਂ ਹਿੰਦੂ ਕਹਿੰਦੇ ਹੋ ਜਾਂ ਇਹ ਉਹੀ ਚੀਜ਼ ਹੈ ਜੀ, ਪਰ ਉਹ ਸਿਰਫ ਮਖੋਟੇ ਰੂਪ ਵਿੱਚ ਹੋਊਗਾ। ਓਕੇ। ਇਸ ਕਰਕੇ ਉਹਨਾਂ ਨੂੰ ਜ਼ਿਆਦਾ ਲੋੜ ਹੈ ਜਾਂ ਜ਼ਿਆਦਾ ਉਹਨਾਂ ਨੂੰ ਲੋੜ ਮਹਿਸੂਸ ਹੁੰਦੀ ਹੈ ਕਿ ਅਸੀਂ ਜਿਹੜਾ ਆਪਣਾ ਲਾਭ ਉਠਾਉਣਾ ਜਾਂ ਆਪਣੀ ਇੱਕ ਰਾਜਸੀ ਪਕੜ ਨੂੰ ਬਰਕਰਾਰ ਰੱਖਣਾ ਝੂਠੀ ਸੱਚੀ ਜੀ, ਉਹਦੇ ਵਾਸਤੇ ਸਾਨੂੰ ਧਰਮ ਨੂੰ ਵੀ ਝੂਠ ਦੇ ਮਹਿਲ ਤੋਂ ਵੀ ਬਚਾ ਕੇ ਰੱਖਣਾ, ਰੇਤ ਦੇ ਮਹਿਲ ਨੂੰ ਵੀ ਬਚਾ ਕੇ ਰੱਖਣਾ ਉਹਨਾਂ ਨੇ, ਰੱਖਣਾ ਪਊਗਾ, ਕਿਉਂਕਿ ਮੀਡੀਆ ਇੰਨਾ ਸਟਰੋਂਗ ਹੋ ਗਿਆ ਕਿ ਉਹਨਾਂ ਦੀ ਪਲ ਪਲ ਦੀ, ਪਹਿਲਾਂ ਤਾਂ ਹੁੰਦਾ ਸੀ ਸਾਲਾਂ ਬਾਅਦ ਪਤਾ ਲੱਗਿਆ ਵੀ ਰਾਜੇ ਨੇ ਕੀ ਕੀਤਾ, ਹੁਣ ਤਾਂ ਮਿੰਟ ਬਾਅਦ ਪਤਾ ਲੱਗਦਾ ਵੀ ਰਾਜਾ ਕਿੱਥੇ ਮੀਟਿੰਗ ਕਰਕੇ ਆਇਆ ਜੀ ਅਤੇ ਕਿੱਥੇ ਹੁਣ ਜਾਣਾ ਚਾਹੁੰਦਾ ਅਤੇ ਉਹਦਾ ਅੱਗੇ ਕਾਊਂਟਰ ਕੀ ਹੋਏਗਾ। ਸਮੇਂ ਦੀਆਂ ਘੜੀਆਂ ਰੋਕਦੀਆਂ ਨੇ, ਪਰ ਆਪਣਾ ਸਵਾਲ ਆਪਾਂ ਇੱਥੇ ਕਿ ਜੇ ਲਿਆ ਕੇ ਖਤਮ ਕਰਨ ਦਾ ਯਤਨ ਕਰਦੇ ਹਾਂ, ਤੁਸੀਂ ਧਾਰਮਿਕ ਹਾਲਾਤਾਂ ਬਾਰੇ ਖੁੱਲ੍ਹ ਕੇ ਦੱਸਿਆ, ਸਿਆਸੀ ਹਾਲਾਤ ਉਦੋਂ ਕੀ ਸੀ ਔਰ ਤੁਸੀਂ ਦੱਸਿਆ ਵੀ ਬਦਲੇ ਹੁਣ ਵੀ ਕੋਈ ਨਹੀਂ, ਬਿਲਕੁਲ ਬਦਲੇ ਹੁਣ ਵੀ ਕੋਈ ਨਹੀਂ, ਹੁਣ ਵੀ ਸਿਆਸੀ ਬੰਦੇ ਆਪਣੀਆਂ ਉਹ ਛਾਤਰਬਾਜ਼ੀਆਂ ਦੇ ਉੱਪਰ ਚੱਲਦੇ ਨੇ, ਪਰ ਮੈਂ ਤੁਹਾਡੇ ਤੇ ਸਿਰਫ ਇੱਕੋ ਸਵਾਲ ਕਰਕੇ ਅੱਜ ਦੇ ਐਪੀਸੋਡ ਨੂੰ ਖਤਮ ਕਰਨ ਦਾ ਯਤਨ ਕਰਾਂਗਾ ਕਿ ਜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਉਸ ਸਮੇਂ ਦੇ ਬਾਬਰ ਨੂੰ ਕਹਿ ਦਿੱਤਾ ਕਿ ਤੂੰ ਜਾਬਰ ਹੈ, ਤੁਹਾਨੂੰ ਲੱਗਦਾ ਕਿ ਅੱਜ ਜਾਬਰ ਬੜੇ ਨੇ, ਅੱਜ ਬਾਬਰ ਬੜੇ ਨੇ, ਪਰ ਜਾਬਰ ਕਹਿਣ ਵਾਲਾ ਕੋਈ ਨਹੀਂ ਲੱਗਦਾ? ਬਿਲਕੁਲ ਲੱਗਦਾ ਹੈ ਤੇ ਮੈਂ ਸਹਿਮਤ ਹੋ ਕੇ ਤੁਹਾਨੂੰ, ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਤੋਂ ਸਿੱਖਿਆ ਕੀ ਹੈ? ਅਸੀਂ ਇੱਕ ਪਾਸੇ ਦੁਨੀਆ ਨੂੰ ਸੁਣਾ ਰਹੇ ਹਾਂ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਬਾਬਰ ਨੂੰ ਜਾਬਰ ਕਹਿੰਦੇ ਨੇ, ਤੇ ਸੱਚ ਇਹ ਹੈ ਵੀ ਬਾਬਰ ਤੇ ਅੱਜ ਵੀ ਬੜੇ ਨੇ, ਕੀ ਜਾਬਰ ਕਹਿਣ ਵਾਲੇ ਕਹਿ ਨੇ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਇਸ ਇਤਿਹਾਸ ਤੋਂ ਕੁਝ ਸਿੱਖਿਆ? ਦੇਖੋ, ਇਹ ਗੱਲ ਤਾਂ ਆਪਾਂ ਸਹਿਮਤ ਹਾਂ, ਮੈਂ ਸ਼ਾਇਦ ਤੁਸੀਂ ਵੀ ਸਹਿਮਤ ਹੋਵੋ ਕਿ ਜਿਹੜੀ ਬਾਬਰ ਨੂੰ ਜਾਬਰ ਕਿਹਾ ਜੀ, ਉਹ ਗੁਰੂ ਨਾਨਕ ਨੇ ਆਪਣੇ 250 ਸਾਲ 'ਚ ਇੱਕ ਲਾਈਨ ਖਿੱਚ ਕੇ ਸਾਨੂੰ ਸਮਝਾਈ ਹੈ ਵੀ ਕੁਝ ਲੋਕ ਹੋਣਗੇ ਜਿਹੜੇ ਬਾਬਰ ਵਾਂਗ ਕਰਨਗੇ ਜੀ, ਕੁਝ ਲੋਕ ਹੋਣਗੇ ਜਿਹੜੇ ਬਾਬੇ ਵਾਂਗ ਕਰਨਗੇ,
ਸੋ ਬਾਬੇ ਕੇ ਤੇ ਬਾਬਰ ਕੇ ਦੀ ਲਾਈਨ ਚਲੀ ਆਉਂਦੀ ਜੇ ਆਪਾਂ 550 ਸਾਲ ਨੂੰ ਦੇਖਦੇ ਹਾਂ ਜੀ। ਇਹ ਜ਼ਰੂਰ ਹੈ ਕਿ ਅੱਜ ਬਾਬਰ ਕੇ ਵੱਧ ਗਏ ਜੀ, ਬਾਬੇ ਕੇ ਘੱਟ ਗਏ ਜੀ ਜੀ। ਸੋ ਸਾਨੂੰ ਲੱਗਦਾ ਹੈ ਕਿ ਕੂੜ ਦਾ ਰਾਜ ਜਿਹੜਾ ਹੈ ਉਹ ਹਨੇਰਾ ਜਿਹੜਾ ਅਮਾਵਸ ਦਾ ਹੈ ਉਹ ਦੋ ਦਿਨਾਂ ਵਾਸਤੇ ਨਹੀਂ, ਸ਼ਾਇਦ ਲੰਮੇ ਸਮੇਂ ਵਾਸਤੇ ਉਹ ਉੱਥੇ ਸਥਾਪਿਤ ਹੋ ਗਏ। ਸੋ ਲੰਮੀ ਇੱਕ ਬਾਬੇ ਕਿਆਂ ਦੀ ਜਿਹੜੀ ਪੜਾਅ ਦਰ ਲੜਾਈ ਹੈ ਉਹ ਲੰਬੀ ਭਾਵੇਂ ਹੋ ਗਈ, ਪਰ 550 ਸਾਲ ਹੀ ਸਾਨੂੰ ਦੱਸਣਗੇ ਕਿ ਬੜੀ ਵਾਰ ਲੱਗਿਆ ਇਤਿਹਾਸ ਨੂੰ ਕਿ ਬਾਬੇ ਕੇ ਜਿਹੜੇ ਨੇ ਉਹ ਬਾਬਰ ਕਿਆਂ ਦੇ ਹੱਥੋਂ ਹਾਰ ਗਏ। ਅੱਛਾ, ਪਰ ਇਸ ਤਰ੍ਹਾਂ ਹੋਇਆ ਨਹੀਂ ਹੈ। ਇਤਿਹਾਸ ਵੱਡੇ ਘੱਲੂਘਾਰ 'ਚੋਂ ਦੇਖ ਲਓ, ਛੋਟੇ ਘੱਲੂਘਾਰ 'ਚੋਂ ਦੇਖ ਲਓ, ਅਨੇਕਾਂ ਨੇ ਬੋਤਾ ਸਿੰਘ ਗਰਜਾ ਸਿੰਘ 'ਚੋਂ ਦੇਖ ਲਓ, ਬਾਬਾ ਦੀਪ ਸਿੰਘ ਜੀ 'ਚੋਂ ਦੇਖ ਲਓ, ਬਾਬਾ ਬੰਦਾ ਸਿੰਘ ਬਹਾਦਰ ਜੀ 'ਚੋਂ ਦੇਖ ਲਓ, ਉਹ ਜਦੋਂ ਕੈਰੀਅਨ ਸਿਸਟਮ ਦੇ ਵਿੱਚ ਜਦੋਂ ਸਾਡਾ ਇਤਿਹਾਸ ਰਿਹਾ ਨਾ, ਫਿਰ ਪਤਾ ਲੱਗਦਾ ਵੀ ਘਬਰਾਉਣ ਦੀ ਕੋਈ ਲੋੜ ਨਹੀਂ। ਅੱਜ ਜ਼ਰੂਰ ਬਾਬਰ ਕੇ ਹਾਵੀ ਨੇ, ਕਦੇ ਬਾਬੇ ਕੇ ਵੀ ਹਾਵੀ। ਜੀ 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 ਪ੍ਰੋਫੈਸਰ ਸਾਹਿਬ, ਤੁਹਾਡੀਆਂ ਗੱਲਾਂ ਤੋਂ ਅਸੀਂ ਅਤੇ ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੇ ਰੱਜ ਕੇ ਲਾਹਾ ਲਿਆ। ਅਸੀਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਸੋ ਦੇਸ਼ ਵਿਦੇਸ਼ ਦੇ ਦਰਸ਼ਕੋ, ਗੁਰ ਕੀ ਬਾਤ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਇੱਕ ਸਵਾਲ ਦਾ ਜਵਾਬ ਲਿਆ ਹੈ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਤੋਂ ਪਹਿਲਾਂ ਦੇ ਸਿਆਸੀ ਅਤੇ ਧਾਰਮਿਕ ਹਾਲਾਤ ਕਿਹੋ ਜਿਹੇ ਸਨ। ਪ੍ਰੋਫੈਸਰ ਸਾਹਿਬ ਨੇ ਸਾਨੂੰ ਦੱਸਿਆ ਵੀ ਬੜੇ ਮਾੜੇ ਸਨ। ਜੇ ਧਾਰਮਿਕ ਲੋਕਾਂ ਦੀ ਗੱਲ ਕਰੀਏ ਤਾਂ ਰੱਬ ਵੰਡਿਆ ਸੀ, ਉਹ ਰੱਬ ਅੱਜ ਵੀ ਵੰਡਿਆ ਹੋਇਆ। ਅੱਜ ਵੀ ਕਿਤੇ ਗੁਰਦੁਆਰੇ ਜਾਤਾਂ 'ਤੇ ਵੰਡੇ ਨੇ, ਕਿਤੇ ਬਰਾਦਰੀਆਂ 'ਤੇ ਵੰਡੇ ਨੇ, ਫਰਕ ਅੱਜ ਵੀ ਕੁਛ ਨਹੀਂ ਪਿਆ। ਇਹਦੇ ਕੀ ਆਪਾਂ ਅਰਥ ਕਰਾਂਗੇ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਸਮਝਿਆ ਨਹੀਂ? ਜ਼ਰੂਰ ਆਪਣੇ ਆਪਣੇ ਮਨਾਂ ਵਿੱਚ ਅਸੀਂ ਝਾਤ ਮਾਰਨੀ ਹੈ। ਪਰ ਅਗਲੀ ਗੱਲ ਕੀਤੀ ਸੀ ਸਿਆਸਤ ਦੀ ਕਿ ਸਿਆਸੀ ਲੋਕ ਸਦਾ ਹੀ ਹਨੇਰਾ ਪਾਉਣ ਦਾ ਯਤਨ ਕਰਦੇ ਨੇ ਤਾਂ ਕਿ ਇਹ ਦੁਨੀਆ ਚਾਨਣ ਤੋਂ ਜਾਣੂ ਨਾ ਹੋ ਜੇ। ਅਤੇ ਕਿਤੇ ਨਾ ਕਿਤੇ ਅੱਜ ਵੀ ਸਾਡੇ ਪੰਜਾਬ ਦੇ ਹਾਲਾਤ ਦੇਖ ਲਓ, ਕਿਤੇ ਨਾ ਕਿਤੇ ਐਸੇ ਲੱਗਦੇ ਨੇ ਕਿ ਹਕੂਮਤਾਂ ਅਗਿਆਨਤਾ ਦਾ, ਅੰਧ ਵਿਸ਼ਵਾਸ ਦਾ ਹਨੇਰਾ ਪਾ ਸਕਣ ਕਿ ਕਿਤੇ ਇਹ ਲੋਕ ਜਾਗ ਨਾ ਪੈਣ। ਜ਼ਰੂਰ ਅਗਲੇ ਹਫ਼ਤੇ ਪ੍ਰੋਫੈਸਰ ਸਾਹਿਬ ਮੇਰੇ ਨਾਲ ਹੋਣਗੇ ਅਤੇ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਸਵਾਲ ਕਰਾਂਗੇ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਨੂੰ ਜਾਣਨ ਦਾ ਯਤਨ ਕਰਾਂਗੇ। ਸੋ ਦਰਸ਼ਕੋ, ਸਮੇਂ ਦੀਆਂ ਕੜੀਆਂ ਆਪਾਂ ਨੂੰ ਰੋਕਦੀਆਂ ਨੇ, ਅਗਲੇ ਹਫ਼ਤੇ ਪ੍ਰੋਫੈਸਰ ਸਾਹਿਬ ਦੇ ਨਾਲ ਤੁਹਾਡੇ ਕੋਲ ਦੁਬਾਰਾ ਹਾਜ਼ਰ ਹੋਵਾਂਗਾ। ਤਦ ਤੱਕ ਲਈ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।